ਤੁਸੀਂ ਇੱਕ ਬੰਦੇ ਨੂੰ ਕੋਲ ਪੈਸੇ ਆਉਂਦੇ ਨੇ, ਉਹਨੂੰ ਤੁਸੀਂ ਬਲੈਕਮੇਲ ਕਰਦੇ ਹੋ ਇਹ ਮੀਡੀਆ ਵਾਲੇ, ਫਿਰ ਉਹਦੇ ਕੋਲੋਂ ਪੈਸੇ ਲੈਂਦੇ ਹੋ, ਫਿਰ ਦੂਸਰੇ ਨੂੰ ਬਲੈਕਮੇਲ ਕਰਦੇ ਹੋ, ਫਿਰ ਤੀਸਰੇ ਨੂੰ, ਫਿਰ ਜਿਹਦਾ 100 ਕਨਾਲ 'ਚ ਮਹੱਲ ਹੋਵੇ ਉਹਨੂੰ ਜਾ ਕਹਿੰਦੇ ਹੋ ਅਸੀਂ ਮੀਡੀਆ ਦੇਣ ਲੱਗਿਆ, ਉਹ ਕਹਿੰਦਾ ਬਸ 10 ਕਰੋੜ ਤੁਸੀਂ ਲੈ ਲਓ, ਮੀਡੀਆ 'ਤੇ ਨਹੀਂ ਦੇਣਾ। ਸਾਨੂੰ ਨਹੀਂ ਪਤਾ ਤੁਸੀਂ ਕਿਹੜੇ ਕਰਤੂਤ ਕਰਦੇ ਹੋ, ਸਾਰਾ ਕੁਝ ਸਾਨੂੰ ਪਤਾ ਹੈ, ਵਕਤ ਆਉਣ ਦੀ ਦੇਰ ਹੈ। ਆ ਆ ਹਮਾਰੇ ਚਾਰਾ ਘਰ ਕੋ ਨਵੀਦ ਹੋ, ਸਫੇ ਦੁਸ਼ਮਨਾਂ ਕੋ ਖਬਰ ਕਰੋ, ਵੋ ਜੋ ਕਰਜ਼ ਰੱਖਤੇ ਹੈ ਜਾਂ ਪਰ ਵੋ ਹਿਸਾਬ ਹਮ ਚੁਕਾ ਦੇਂਗੇ। ਆ ਇਸ ਵਾਸਤੇ ਹਜ਼ੂਰ ਕਾ ਦੀਨ ਤਖਤ ਪਰ ਲਾਣਾ ਹੈ। ਹਾਂ ਕਿਉਂ ਜੀ? ਹਾਂ ਹਜ਼ੂਰ ਦਾ ਦੀਨ ਤਖਤ ਉੱਤੇ ਹੋਵੇ ਤੇ ਪੇਟ ਤੇ ਪੱਥਰ ਬੱਧਾ ਵੀ ਹੋਵੇ ਤੇ ਸਾਹਬਾਂ ਨੂੰ ਬਿਮਾਰੀਆਂ ਨਹੀਂ ਲੱਗਦੀਆਂ। ਹਾਂਜੀ ਰੱਜ ਕੇ ਰੋਟੀ ਵੀ ਕਿਤਨੇ ਜੀ, 7 ਤੇ 13 ਕਿਤਨੇ ਹੋਏ? 20 ਸਾਲ ਸਾਹਬਾ ਕਹਿੰਦੇ ਰੋਟੀ ਦੇ ਦਰਕਿਨਾਰ ਅਸੀਂ ਰੱਜ ਕੇ ਖਾਧੀ ਹੋਵੇ, ਖਜੂਰ ਵੀ ਰੱਜ ਕੇ ਨਹੀਂ ਖਾਧੀ। ਗਜ਼ਵਾ ਖੈਬਰ ਦੇ ਫਤਿਹ ਹੋਣ ਤੱਕ ਸਾਹਬਾ ਕਹਿੰਦੇ ਨੇ ਅਸੀਂ ਰੱਜ ਕੇ ਖਜੂਰਾਂ ਵੀ ਨਹੀਂ ਖਾਧੀਆਂ ਤੇ 20 ਸਾਲ ਤੱਕ ਸਾਹਬਾ ਦੀਆਂ ਸਿਹਤਾਂ ਤੇ ਖਰਾਬ ਕੋਈ ਨਹੀਂ ਹੋਈਆਂ। ਅਮੀਰ ਹਮਜ਼ਾ ਇੱਕ ਹੱਥ 'ਚ 35 ਕਿਲੋ ਦੀ ਤਲਵਾਰ ਚਾਹੁੰਦੇ ਸਨ ਤੇ ਦੂਸਰੇ ਹੱਥ 'ਚ ਵੀ 35 ਕਿਤਨੇ ਬਣ ਗਿਆ ਮੈਦਾਨ ਉਹਦੇ 'ਚ ਆਪ ਦੇ ਦੋ ਹੱਥਾਂ 'ਚ 2 ਤਲਵਾਰਾਂ ਸਨ, 70 ਕਿਲੋ ਤੇ ਆਪ ਨੇ ਹੱਥਾਂ ਵਿੱਚ ਵਜ਼ਨ ਚੁੱਕਿਆ ਹੋਇਆ ਸੀ ਤੇ ਖਜੂਰ ਵੀ ਰੱਜ ਕੇ ਨਹੀਂ ਸਨ ਖਾਧੇ। ਮੈਂ ਕਿਹਾ ਇਕਬਾਲ ਇਹ ਪਾਵਰ ਕਿੱਧਰੋਂ ਆਈ? ਇੱਥੋਂ ਤੇ ਹਰੀਸੇ ਤੇ ਖਾ ਖਾ ਕੇ ਮੁੰਡਿਆਂ ਨੇ ਜਨਾਬ ਇੰਜ ਬੱਕਰਾ ਢਾਣ ਲੱਗੇ ਵੀ 5 ਮੁੰਡੇ ਬੱਕਰੇ ਢਾਂਦੇ ਨੇ ਤੇ ਅਮੀਰ ਹਮਜ਼ਾ 70 ਤਲਵਾਰਾਂ ਇੰਜ ਕਿੰਨ ਚਲਾ ਰਹੇ ਸਨ, ਇਹ ਪਾਵਰ ਕਿੱਥੋਂ ਆਈ? ਕਹਿਣ ਲੱਗਾ ਕੁਵਤ ਸੁਲਤਾਨ ਓ ਅਮੀਰ ਅਜ਼ ਲਾ ਇਲਾ ਔਰ ਹੈਬਤ ਮਰਦ ਫਕੀਰ ਅਜ਼ ਲਾ ਇਲਾ। ਕਹਿੰਦਾ ਹਰੀਸਿਆਂ ਦੀ ਤੇ ਗੋਸ਼ਤਾਂ ਤੇ ਯਖਨੀਆਂ ਦੀ ਪਾਵਰ ਨਹੀਂ ਸੀ, ਇਲਾ 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 ਮੁਹੰਮਦ ਰਸੂਲੁੱਲਾ ਦੀ ਪਾਵਰ। ਮੈਂ ਉਸ ਉਹਦਾ ਠੀਕ ਸੀ ਨਾ ਜਦੋਂ ਮੁਲਕ ਸ਼ਾਮ ਗਿਆ ਤੇ ਮੇਰੇ ਕੋਲ ਖਾਲਿਦ ਬਿਨ ਵਲੀਦ ਦੀ ਤਲਵਾਰ ਦੋ ਹੱਥਾਂ ਨਾਲ ਨਹੀਂ ਸੀ ਚਾਹੀ ਗਈ। ਉਹ ਦੱਸੋ ਉਹਦਾ ਕਿਤਨਾ ਵਜ਼ਨ ਹੋਣਾ? ਤਕੜਾ ਸੀ, ਮੈਂ ਹੁਣ ਵੀ ਤਕੜਾ, ਚੰਗਾ ਭਲਾ ਵਜ਼ਨ ਚਾ ਲੈਂਦਾ ਬੈਠੇ ਵੀ ਤੇ ਉਸ ਵੇਲੇ ਮੈਂ ਪੂਰਾ ਟਿਲ ਲਾਇਆ ਤੇ ਮੇਰੇ ਕੋਲ ਤਲਵਾਰ ਨਚਾਈ ਗਈ ਤੇ ਖਾਲਿਦ ਬਿਨ ਵਲੀਦ ਇੰਜਨ ਚਲਾਉਂਦੇ ਸਨ ਉਹਨੂੰ ਇੰਜਨ, ਬਲਕਿ ਉਹ ਜਿਹੀਆਂ ਤਲਵਾਰਾਂ 9 ਟੁੱਟੀਆਂ, ਇੱਕ ਰਵਾਇਤ 12 ਤਲਵਾਰਾਂ ਟੁੱਟੀਆਂ। ਉਹ ਕਮ ਅਜ਼ ਕਮ 100 ਕਿਲੋ ਤੋਂ ਜ਼ਿਆਦਾ ਵਜ਼ਨ ਹੋਣਾ, ਤਾਂ ਤਾਂ ਮੇਰੇ ਕੋਲ ਚਾਹੀ ਨਹੀਂ ਗਈ। 100 ਕਿਲੋ ਤੋਂ ਬੰਦਾ ਦੇਖ ਦੁੱਖ ਕੇ ਚਾਹ ਹੀ ਲੈਂਦਾ ਬੰਦਾ ਤੇ ਇੰਜ ਖਾਲਿਦ ਬਿਨ ਵਲੀਦ ਚਲਾਉਂਦੇ ਸਨ ਉਹਨੂੰ ਇੰਜ ਕਰਕੇ ਜਨਾਬ ਇੰਜ, ਉਹ ਟੁੱਟਦੀਆਂ ਰਹੀਆਂ। ਹਾਂ ਤਾਈਆਂ ਤਾਂ ਜਰਜਾ ਨਾਮੀ ਕਹਿੰਦਾ ਸੀ ਹਜ਼ਰਤ ਖਾਲਿਦ ਬਿਨ ਵਲੀਦ ਨੂੰ, ਆਸਮਾਨ ਤੋਂ ਉਤਰੀ ਹੈ ਤਲਵਾਰ? ਆਪ ਨੇ ਫਰਮਾਇਆ ਨਹੀਂ। ਉਹਨਾਂ ਨੇ ਕਿਹਾ ਫਿਰ ਤੈਨੂੰ ਕਿਉਂ ਕਹਿੰਦੇ ਨੇ ਸੈਫੁਮ ਮਿਨ ਸਯੂਫ ਇਲਾ? ਫਰਮਾਇਆ ਮੈਨੂੰ ਰਸੂਲੁੱਲਾ ਨੇ ਫਰਮਾਇਆ ਖਾਲਿਦ ਸੈਫੁਮ ਮਿਨ ਸਯੂਫ ਇਲਾ। ਮੈਂ ਉਸ ਇਸਲਾਮ ਦੀਆਂ ਗੱਲਾਂ ਕਰ